ਦੀਪ ਕੌਰ ਦੋਗੇ ਤੇ ਕੀ ਹੋਇਆ ਪੂਰਾ ਮਾਮਲਾ ਕੀ ਹੈ? ਅਸੀਂ ਅਨੰਦਪੁਰ ਸਾਹਿਬ ਜਾਂਦੇ ਹਾਂ ਤੇ ਮਗਰ ਦੋ ਮੁੰਡੇ ਆਏ ਮੋਟਰਸਾਈਕਲ ਤੇ ਹੌਲੀ ਹੌਲੀ ਜੇ ਇੱਕ ਜੱਜ ਇੱਕ ਹੀਰਾ ਮਗਰ ਗੱਡੀ ਤੇ ਆਉਣ ਦਿਆ ਸੀਗਾ। ਹੀਰਾ ਵੀ ਦੋ ਕਹਿੰਦਾ ਸਾਡਾ ਗਵਾਂਢੀ ਸਾਹਮਣੇ ਰਹਿੰਦਾ ਆ ਤੇ ਉਹਦੀ ਮੰਮੀ ਨਾਲ ਚਿੰਦੀ ਤੇ ਹੀਰਾ ਮਗਰ ਗੱਡੀ ਨੇ ਖੁਦ ਵੇਖਿਆ ਆਪਣੀ ਅੱਖੀ ਦੋ ਮੁੰਡੇ ਆਏ ਤੇ ਉਹਨਾਂ ਦੇ ਤਿੰਨ ਗੋਲੀਆਂ ਲੱਗ ਗਈਆਂ ਤੇ ਉਸ ਤੋਂ ਬਾਅਦ ਹਸਪੀਟਲ ਲੈ ਕੇ ਉਹਨਾਂ ਦੀ ਡੈਥ ਹੋ ਗਈ ਔਰ ਨਹੀਂ ਆਏ। ਹਾਂਜੀ ਹੈਗੀ ਸੀ, ਲੜਦੇ ਸੀਗੇ ਕੁਛ ਪੁਰਾਣਾ ਲੜਾਈ ਝਗੜਾ ਹੈਗਾ ਸੀਗਾ। ਉਹਨਾਂ ਦਾ ਮੁੰਡਾ ਮਰਿਆ ਸੀ ਐਕਸੀਡੈਂਟ ਨਾਲ, ਉਹਨਾਂ ਦੀ ਬਕਾਇਦਾ ਗੱਡੀ 'ਚ ਰਿਕਾਰਡਿੰਗ ਵੀ ਹੈਗੀ ਆ। ਉਹ ਦੋ ਜਾਣੇ ਮੁੰਡੇ ਸੀਗੇ, ਹਾਂਜੀ ਮੋਟਰਸਾਈਕਲ ਤੇ ਸੀ ਤੇ ਜਿਹੜਾ ਹੀਰਾ ਸੀ ਉਹ ਕੱਲਾ ਗੱਡੀ ਦੇ ਮਗਰ ਆਇਆ ਸੀਗਾ। ਤਿੰਨ ਗੋਲੀਆਂ ਤਿੰਨੇ ਲੱਗੀਆਂ ਆ। ਜਦੋਂ ਗੋਲੀ ਚੱਲੀ ਆ ਤੇ ਹੀਰਾ ਜਿਹੜਾ ਤੁਸੀਂ ਕਹਿ ਰਹੇ ਹੋ ਹਾਂਜੀ ਉਹ ਗੱਡੀ ਦੇ ਮਗਰ ਆਉਣ ਦਿਆ ਸੀਗਾ। ਉਸ ਤੋਂ ਬਾਅਦ ਗਾਣਾ ਇਹ ਨਹੀਂ ਵੇਖਿਆ ਉਸ ਤੋਂ ਬਾਅਦ ਕਿੱਧਰ ਚਲੇ ਗਏ ਆ, ਕਿਉਂਕਿ ਟਰਾਲੀ ਸਾਈਡ ਤੇ ਹੋ ਗਈ ਸੀ, ਉਹ ਮਸਾਂ ਕੰਟਰੋਲ ਕੀਤੀ ਉਹਨਾਂ ਨੇ ਸਾਈਡ ਵਾਲੇ ਮੁੰਡਿਆਂ ਨੇ। ਹਾਂਜੀ ਅਨੰਦਪੁਰ ਸਾਹਿਬ ਜਾਂਦੇ ਸੀਗੇ ਤੇ ਕੀ ਮੰਗ ਕਰਦੇ ਹੋ ਤੁਸੀਂ? ਅਸੀਂ ਉਹਨਾਂ ਦੇ ਪਰਚਾ ਕਰਨਾ ਹੈ ਦੋਨਾਂ ਮਾਂ ਪੁੱਤਾਂ ਤੇ, ਉਹਨਾਂ ਦਾ ਹੀ ਹੱਥ ਤੇ ਪੂਰਾ ਹੀਰਾ ਹੀਰੇ ਨੇ ਮਰਵਾਇਆ ਹੈ ਉਹਨੂੰ। ਉਹ ਮੂੰਹ ਮੂੰਹਾਂ ਦੇ ਹੁੰਦੇ ਸੀ, ਅਸੀਂ ਇਹਨੂੰ ਮਾਰਨਾ ਆ ਇਹਦੇ ਮਗਰ ਲੱਗੇ ਸੀਗੇ ਬੜੇ ਚਿਰ ਦੇ। ਉਹਨਾਂ ਨੇ ਪਤਾ ਸੀ ਅਸੀਂ ਅਨੰਦਪੁਰ ਸਾਹਿਬ ਜਾਣਾ ਆ ਤੇ ਉਸ ਰਾਤ ਦਾ ਉਹਨਾਂ ਨੂੰ ਪਤਾ ਸੀ ਤੇ ਸਵੇਰੇ ਉਹਨਾਂ ਨੇ ਆਹ ਕੰਮ ਕੀਤਾ ਆ ਤੇ ਪਲੀਜ਼ ਉਹ ਸਾਨੂੰ ਇਨਸਾਫ ਚਾਹੀਦਾ, ਉਹਨਾਂ ਦੇ ਪਰਚਾ ਹੋਣਾ ਚਾਹੀਦਾ ਦੋਵਾਂ ਮਾਂ ਪੁੱਤਾਂ ਦੇ। ਉਹਨਾਂ ਦਾ ਚੈਨ ਹੋ ਵੀ ਸਕਦਾ ਆ, ਇਹ ਤਾਂ ਤੁਸੀਂ ਹੁਣ ਕਾਰਵਾਈ ਕਰੋਗੇ ਤੇ ਫੇਰ ਹੀ ਪਤਾ ਲੱਗਣਾ ਆ। ਉਹਨਾਂ ਨੂੰ ਨਜਾਇਜ਼ ਮਾਰਿਆ ਗਿਆ ਆ, ਉਹਨਾਂ ਨੂੰ ਤਾਂ ਕਿਸੇ ਚੀਜ਼ 'ਚ ਕੋਈ ਹੱਥ ਨਹੀਂ ਸੀ। ਹਾਂਜੀ ਖੇਤੀਬਾੜੀ ਦਾ ਵਾਹੀ ਹਰਜਿੰਦਰ ਸਿੰਘ ਪਿੰਡ ਦਾ ਹੋ ਗਿਆ ਜੀ। ਕੀ ਗੱਲ ਹੋਈ ਹੈ ਜੀ? ਇਹ ਜਦੋਂ ਘਰੋਂ ਨਿਕਲੇ ਆ ਹੀਰਾ ਮਗਰ ਗੱਡੀ ਲਾ ਕੇ ਸਾਬਾ ਹੀਰਾ ਨੂਰ ਮਗਰੇ ਲੱਗੇ ਆ ਦੋ ਬੰਦੇ ਨਾ ਤਰਨ ਤਾਰਨ ਨੂੰ ਲਾਇਆ, ਪਤਾ ਨਹੀਂ ਤਰਨ ਤਾਰਨ ਦੇ ਕਿੱਥੋਂ ਦੇ ਆ ਜਿੰਨਾ ਮੈਂ ਮੇਰਾ ਮੁੰਡਾ ਜੀ ਕਿੰਨੀ ਉਮਰ ਹੋ ਗਈ? ਇਹਦੀ 40 ਸਾਲ ਉਮਰ ਜੀ। ਵਿਆਹ ਆ ਜੀ, ਦੋ ਬੱਚੇ ਆ ਜੀ। ਪੁਰਾਣੀ ਰਹਿੰਦੀ ਕੋਈ ਸਾਡੀ ਇਹਨਾਂ ਦਾ ਮੁੰਡਾ ਜੀ ਇੱਧਰ ਐਕਸੀਡੈਂਟ ਹੋ ਕੇ ਮਰਿਆ ਤੇ ਉਹਦੀ ਖੋਰ ਰਾਖੀ ਆਉਂਦੇ ਆ ਬੜੇ ਚਿਰ ਦੀ ਖੋਰ ਪੁਰਾਣੀ ਰੱਖੀ ਆਉਂਦੇ ਆ, ਉਹ ਕਹਿੰਦੇ ਤੈਨੂੰ ਛੱਡਣਾ ਨਹੀਂ ਅਸੀਂ ਤੇ ਇਹਨਾਂ ਕੰਮ ਕਰਤਾ ਉਹਦਾ। ਕਿੰਨੀਆਂ ਗੋਲੀਆਂ ਲੱਗੀਆਂ? ਚਾਰ ਗੋਲੀਆਂ ਲੱਗੀਆਂ ਜੀ। ਪੁਲਿਸ ਗਈ ਜੀ। ਕੀ ਮੰਗ ਕਰਦੇ ਹੋ ਤੁਸੀਂ? ਮੰਗ ਕਰਦੇ ਪੂਰੀ ਪਰਚਾ ਠੋਕ ਕੇ ਹੋਵੇ ਇਹਨਾਂ ਦਾ, ਇਹਦਾ ਇੱਕ ਬਾਹਰ ਇਹਦਾ ਕੀ ਲੱਗਦਾ ਪੱਕਾ ਕੀ ਲੱਗਦਾ ਹਥਿਆਰ ਹਥੂਰ ਉਹ ਜਦੋਂ ਗੈਂਗਸਟਰ ਬਣਿਆ ਇਹ ਸਾਰੇ ਗੈਂਗਸਟਰਾਂ ਦਾ ਚਾਹਾ ਬਣਿਆ ਜੀ। ਗੈਂਗਸਟਰਾਂ ਦਾ ਸੰਬੰਧ ਰੱਖਦੇ? ਹਾਂਜੀ ਪੂਰਾ ਜੀ, ਗੈਂਗਸਟਰਾਂ ਦਾ ਸੰਬੰਧ ਰੱਖਦੇ ਜੀ। ਲੜਕੀ ਡੈਥ ਹੋ ਗਈ ਜੀ। ਜੱਜਵੀਰ ਸਿੰਘ ਆ, ਇਹ ਪਿੰਡ ਦੋਕੇ ਥਾਣਾ ਘਰਿੰਡਾ, ਇਹਨਾਂ ਦੀ ਆਪਸ ਚ ਪਿੰਡ ਚ ਕੋਈ ਟੱਸਰਬਾਜੀ ਆਪਸ ਜ਼ਮੀਨ ਤੋਂ ਝਗੜਾ ਚੱਲਦਾ ਆ। ਇਹ ਅੱਜ ਜਾ ਰਹੇ ਸੀਗੇ ਮੱਥਾ ਟੇਕਣ ਟਰਾਲੀ ਦੇ ਤੇ ਟਰੈਕਟਰ ਤੇ ਇਹਦੇ ਪਿੱਛੋਂ ਗੋਲੀਆਂ ਮਾਰੀਆਂ, ਬਾਕੀ ਆਪਾਂ ਤਫ਼ਤੀਸ਼ ਕਰ ਰਹੇ ਹਾਂ। ਆਪਣਾ ਬੰਡਾਲੇ ਪਿੰਡ ਦੇ ਕੋਲ 4 ਗੋਲੀਆਂ ਲੱਗੀਆਂ। ਉਮਰ ਕਿੰਨੀ ਮੁੰਡੇ? 30 ਸਾਲ। ਪੁਲਿਸ ਵਾਲਿਆਂ ਨੇ ਕੀ ਕਾਰਵਾਈ ਕੀਤੀ? ਬਸ ਜਲਦੀ ਯਾਰ ਅਸੀਂ ਮੁਕਦਮਾ ਦਰਜ ਕਰਕੇ ਤਫ਼ਤੀਸ਼ ਕਰ ਰਹੇ ਹਾਂ, ਜੋ ਵੀ ਇਫੈਕਟ ਆਉਣਗੇ ਤੁਹਾਨੂੰ ਦੱਸੇ ਜਾਣਗੇ। ਮੁੰਡੇ ਦੇ ਹਾਲਾਤ ਕਿੱਦਾਂ ਦੇ ਆ? ਦੇਖ ਰਹੇ ਅਸੀਂ ਸਾਰਾ।